ਬਹੁਤ ਹੀ ਪਿਆਰੇ ਕਿਸਾਨ ਭਰਾਵੋ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਇਸ ਕਿਸਾਨ ਅੰਦੋਲਨ ਨੂੰ ਪਿਛਲੇ 71 ਦਿਨਾਂ ਤੋਂ ਚਲਾ ਰਹੇ ਮੇਰੇ ਸਾਰੇ ਜੋ ਵੀਰ ਭਰਾ ਜਿੰਨੇ ਵੀ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਇਸ ਦੀ ਮਦਦ ਕਰ ਰਹੇ ਨੇ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੰਦੋਲਨ ਦੇ ਵਿੱਚ ਅੱਜ 71ਵੇਂ ਦਿਨ ਦੇ ਵਿੱਚ ਹਾਂ ਤੇ ਜਦੋਂ ਕਿ ਅੰਦੋਲਨ ਹਿੰਦ ਪੰਜਾਬ ਤੋਂ ਸ਼ੁਰੂ ਹੋ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਆਪਣੇ ਹੱਦਾਂ ਬੰਨੇ ਤੋੜਦਾ ਹੋਇਆ ਸਾਰੇ ਦੇਸ਼ ਦੇ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਵਿੱਚ ਜਾ ਚੁੱਕਾ ਹੈ ਤੇ ਇਸ ਦੇ ਨਾਲ ਨਾਲ ਪੂਰੀ ਦੁਨੀਆ ਦੇ ਉੱਪਰ ਵੱਖ-ਵੱਖ ਦੇਸ਼ਾਂ ਦੇ ਵਿੱਚ ਭਾਵੇਂ ਉਹ ਭਾਰਤੀ ਭਾਈਚਾਰਾ ਭਾਵੇਂ ਦੂਜੇ ਲੋਕ ਨੇ ਉਹਨਾਂ ਦੇ ਵਿੱਚ ਵੀ ਇਹ ਅੰਦੋਲਨ ਦੀ ਬਹੁਤ ਵੱਡੀ ਗੂੰਜ ਸੁਣਾਈ ਦੇ ਰਹੀ ਹੈ ਤੇ ਸਾਡੇ ਹੱਕ ਦੇ ਵਿੱਚ ਜਿੱਥੇ ਜਰਮਨ ਕੈਨੇਡਾ ਤੇ ਹੋਰ ਮੁਲਕਾਂ ਦੇ ਵਿੱਚ ਪੱਤਰਕਾਰਾਂ ਨੇ ਆਮ ਲੋਕਾਂ ਨੇ ਇਹਦੇ ਹੱਕ ਦੇ ਵਿੱਚ ਅਵਾਜ਼ ਉਠਾਈ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਇਹ ਅੰਦੋਲਨ ਹੁਣ ਇਕੱਲੇ ਦੇਸ਼ ਦਾ ਅੰਦੋਲਨ ਨਹੀਂ ਇਹ ਦੁਨੀਆ ਭਰ ਦਾ ਇੱਕ ਬਹੁਤ ਵੱਡਾ ਅੰਦੋਲਨ ਹੋ ਚੁੱਕਾ ਹੈ ਇਸ ਅੰਦੋਲਨ ਦੇ ਵਿੱਚ ਜਿੱਥੇ ਕਿ ਕੇਂਦਰ ਸਰਕਾਰ ਦਾ ਜਿਹੜਾ ਰਵਈਆ ਹੈ ਉਹ ਬੜਾ ਤਾਨਾਸ਼ਾਹੀ ਕਮੰਡ ਵਾਲਾ ਤੇ ਫਿਕਰ ਪ੍ਰਸਤੀ ਨੂੰ ਪੱਠੇ ਪਾ ਰਹੀ ਹੈ ਸਰਕਾਰ ਦਾ ਅਤ ਨਿੰਦਣਯੋਗ ਰਵਈਆ ਜਿਹੜਾ ਉਹ ਲਗਾਤਾਰ ਬਣਿਆ ਹੋਇਆ ਹੈ ਇਸ ਅੰਦੋਲਨ ਦੇ ਉੱਪਰ ਬਹੁਤ ਸਾਰੇ ਦੋਸ਼ ਵੇਦੋਸ਼ ਲਾ ਕੇ ਇਸ ਨੂੰ ਪਹਿਲਾਂ ਖਤਮ ਕਰਾਉਣ ਦਾ ਯਤਨ ਕੀਤਾ ਗਿਆ 26 ਜਨਵਰੀ ਵਰਗੀਆਂ ਘਟਨਾਵਾਂ ਸਰਕਾਰ ਨੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਪਲਾਂਟ ਕਰਵਾਈਆਂ ਤੇ ਹੁਣ ਮੈਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਤੁਹਾਨੂੰ ਅਪੀਲਾਂ ਕਰਨੀਆਂ ਨੇ ਇੱਕ ਤਾਂ ਪਹਿਲੀ ਗੱਲ ਤਾਂ ਕੇਂਦਰ ਸਰਕਾਰ ਹੈ ਜਿਹੜੀ ਉਹ ਐਨੇ ਘਟਿਆ ਮਤਲਬ ਕਿ ਤਰੀਕਿਆਂ ਦੇ ਉੱਤਰ ਆਈ ਹੈ ਤੇ ਉਸ ਦੇ ਜਿਹੜੇ ਭਗਤ ਨੇ ਮੋਦੀ ਭਗਤ ਉਹ ਬਾਹਰੋਂ ਹਮਾਇਤ ਕਰ ਰਹੇ ਲੋਕਾਂ ਤੇ ਤਰ੍ਹਾਂ ਤਰ੍ਹਾਂ ਦੀ ਮਤਲਬ ਭਾਸ਼ਾ ਵਰਤ ਰਹੇ ਨੇ ਉਹਨਾਂ ਦੇ ਬਾਰੇ ਜਾਂ ਉਹਨਾਂ ਨੂੰ ਨਿੰਦ ਰਹੇ ਨੇ ਸਾਡਾ ਮਸਲਾ ਹੈ ਅੱਜ ਜਿੱਥੇ ਮਸਲਾ ਕਿਸਾਨੀ ਦਾ ਹੈ ਸਾਰੇ ਸਮਾਜ ਦਾ ਮਸਲਾ ਹੈ ਉੱਥੇ ਇੱਕ ਮਨੁੱਖੀ ਅਧਿਕਾਰਾਂ ਦਾ ਵੀ ਮਸਲਾ ਹੈ ਮਨੁੱਖਾਂ ਦੇ ਅਧਿਕਾਰ ਜਿਵੇਂ ਕਿ ਬਿਜਲੀ ਪਾਣੀ ਦਾ ਪਿਛਲੇ ਦਿਨਾਂ ਦੇ ਵਿੱਚ ਕੱਟਿਆ ਜਾਣਾ ਨੈਟ ਜੇ ਤਿੱਕਰ ਜਿਹੜਾ ਸਾਰਾ ਬੰਦ ਕੀਤਾ ਹੋਇਆ ਹੈ ਸਾਡੀ ਆਵਾਜ਼ ਆ ਜਿਹੜੀ ਉਹ ਲੋਕਾਂ ਤੱਕ ਪਹੁੰਚ ਪਹੁੰਚਣ ਤੋਂ ਰੋਕਣ ਦੇ ਵਾਸਤੇ ਕੇਂਦਰ ਸਰਕਾਰ ਹੈ ਜਿਹੜੀ ਉਹ ਲਗਾਤਾਰ ਹਤਕੰਡੇ ਅਪਣਾ ਰਹੀ ਹੈ ਰੇਲਵੇ ਜਿਹੜੀਆਂ ਟ੍ਰੇਨਾਂ ਹੈ ਕਦੇ ਉਹਨਾਂ ਨੂੰ ਡਾਇਵਰਟ ਕਰ ਦਿੱਤਾ ਜਾਂਦਾ ਹੈ ਕਦੇ ਇੱਧਰ ਉੱਧਰ ਲੰਘ ਰਹੇ ਸਾਡੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਵੱਡੇ ਵੱਡੇ ਕਿਲ੍ਹ ਹੈ ਜਿਹੜੇ ਜਿਹੜੇ ਦਿੱਲੀ ਦੀਆਂ ਸੜਕਾਂ ਦੇ ਉੱਪਰ ਬਾਰਡਰਾਂ ਦੇ ਉੱਪਰ ਗੱਡੇ ਜਾ ਰਹੇ ਐ ਜਿਵੇਂ ਕਿ ਪਾਕਿਸਤਾਨ ਦੇ ਨਾਲ ਜਾਂ ਹੋਰ ਗੁਆਂਢੀ ਮੁਲਕਾਂ ਦੇ ਨਾਲ ਜਿਹੜੀਆਂ ਹੱਦਾਂ ਦੇ ਉੱਪਰ ਤਾਰਾਂ ਲਾਈਆਂ ਹੋਈਆਂ ਐ ਉਸ ਤਰ੍ਹਾਂ ਇਸ ਤਰ੍ਹਾਂ ਦਾ ਦਿੱਲੀ ਨੂੰ ਵੜਗਣ ਦੇ ਵਾਸਤੇ ਤਾਰਾਂ ਮਤਲਬ ਕਿ ਦੇਸ਼ ਦੇ ਆਪ ਦੇ ਲੋਕਾਂ ਦੇ ਵਾਸਤੇ ਇਹ ਲਾ ਕੇ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਇਹਨਾਂ ਗੱਲਾਂ ਦੇ ਨਾਲ ਕਾਹਨ ਕਰ ਰਹੀ ਹੈ ਕੇਂਦਰ ਸਰਕਾਰ ਤੇ ਜਿਹੜਾ ਵੀ ਕੋਈ ਇਸ ਦੇ ਵਿਰੁੱਧ ਆਵਾਜ਼ ਠਾਉਂਦਾ ਹੈ ਚਾਹੇ ਉਹ ਆਮ ਸਮਾਜ ਦਾ ਨਾਗਰਿਕ ਹੋਵੇ ਚਾਹੇ ਉਹ ਸਾਡਾ ਪੱਤਰਕਾਰ ਭਾਈਚਾਰਾ ਤੁਸੀਂ ਦੇਖਿਆ ਵੀ ਕਿਵੇਂ ਮੰਦੂਬ ਮੰਦੀਪ ਪੂਨੀਆ ਦੇ ਉੱਪਰ ਪਰਚੇ ਦਰਜ ਕਰਕੇ ਜੇਲ੍ਹ ਵਿੱਚ ਉਸ ਨੂੰ ਦੁਨੀਆਂ ਗਿਆ ਵੱਖ-ਵੱਖ ਪੱਤਰਕਾਰਾਂ ਦੇ ਕੈਮਰੇ ਭੰਨੇ ਗਏ ਹੋਰ ਕੋਈ ਦੁਨੀਆਂ ਪੱਧਰ ਤੋਂ ਕੋਈ ਵੀ ਪੱਤਰਕਾਰ ਆਵਾਜ਼ ਉਠਾਰ ਰਿਹਾ ਹੈ ਜਾਂ ਇਹਦੇ ਹੱਕ ਦੇ ਵਿੱਚ ਟਵੀਟ ਕਰ ਰਿਹਾ ਹੈ ਉਹਨਾਂ ਤੇ ਦੇਸ਼ਾਂ ਵਿਦੇਸ਼ਾਂ ਦੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਦੇਸ਼ ਦੇ ਅੰਦਰ ਦਾ ਮਾਮਲਾ ਦੱਸ ਕੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਨੀਆ ਭਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿੱਥੇ ਵੱਡੀ ਪੱਧਰ ਤੇ ਪੱਤਰਕਾਰ ਇਹਦੇ ਹੱਕ ਚ ਆ ਰਹੇ ਆ ਉੱਥੇ ਹਾਲੀਵੁੱਡ ਭਾਈਚਾਰਾ ਕੈਨੇਡਾ ਅਮਰੀਕਾ ਜਰਮਨ ਦੇ ਕਿਸਾਨ ਉਹ ਵੀ ਸਾਡੇ ਹੱਕ ਦੇ ਵਿੱਚ ਆ ਰਹੇ ਨੇ ਤੇ ਜਿਹੜਾ ਸਾਡਾ ਸਹੀ ਅੰਦੋਲਨ ਹੈ ਸ਼ਾਂਤੀਪੂਰਨ ਅੰਦੋਲਨ ਹੈ ਉਸ ਦੇ ਵਿੱਚ ਹੱਕ ਦੇ ਵਿੱਚ ਵੱਡੀ ਪੱਧਰ ਤੇ ਆ ਕੇ ਲੋਕਾਂ ਨੇ ਹਾ ਦਾ ਨਾਅਰਾ ਮਾਰਿਆ ਤੇ ਕੇਂਦਰ ਸਰਕਾਰ ਹੈ ਜਿਹੜੀ ਬਿਲਕੁਲ ਉੰਗੀ ਤੇ ਬੋਲੀ ਬਣੀ ਹੋਈ ਹੈ ਉਹ ਲੋਕਾਂ ਦੀ ਆਵਾਜ਼ ਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਆਵਾਜ਼ ਨੂੰ ਅਣਗੌਲਿਆ ਕਰਕੇ ਇੱਕ ਮੂਕ ਦਰਸ਼ਕ ਬੈਠ ਕੇ ਤੇ ਆਪਦੇ ਕਾਲੇ ਕਾਰਨਾਮੇ ਕਰਕੇ ਤਮਾਸ਼ਾ ਜਿਹੜਾ ਸਾਰਾ ਇਹ ਬਣਵਾ ਰਹੀ ਹੈ ਤੇ ਦੇਖ ਰਹੀ ਹੈ ਇਹਦੇ ਨਾਲ ਨਾਲ ਸਾਰੇ ਦੇਸ਼ ਦੀ ਜਿਹੜੀ ਛਵੀ ਹੈ ਉਹ ਵਿਦੇਸ਼ਾਂ ਦੇ ਵਿੱਚ ਦੁਨੀਆ ਪੱਧਰ ਤੇ ਇਸ ਮੋਦੀ ਦੇ ਕਾਰਨ ਬਹੁਤ ਭੈੜੀ ਪੈ ਰਹੀ ਹੈ ਦੇਸ਼ ਦਾ ਜਿਹੜਾ ਡੈਮੋਕਰੈਟਿਕ ਜਿਹੜਾ ਲੋਕਤੰਤਰੀ ਅਕਸ ਬਣਿਆ ਹੋਇਆ ਸੀਗਾ ਉਹ ਧੁੰਦਲਾ ਪੈਂਦਾ ਜਾ ਰਿਹਾ ਹੈ ਇਹ ਦੇਸ਼ ਦੇ ਉੱਪਰ ਅੱਜ ਦੇਸ਼ ਦੀ ਸਰਕਾਰ ਨੇ ਵੱਡੇ ਪੱਧਰ ਤੇ ੱੱਬਾ ਲਵਾ ਦਿੱਤਾ ਇਹਦੇ ਨਾਲ ਨਾਲ ਜਿਹੜੀਆਂ ਘਟਨਾਵਾਂ ਇਹਨੇ ਆਪਣੇ ਫੀਲਿਆਂ ਦੇ ਰਾਹੀਂ 26 ਤਰੀਕ ਨੂੰ ਕਰਵਾਈਆਂ ਤੇ ਉਹ ਪਹਿਲੇ ਦਿਨ ਤੋਂ ਬਹੁਤ ਸਾਰੇ ਦੀਪ ਸਿੱਧੂ ਵਰਗੇ ਤੇ ਹੋਰ ਜਿਨ੍ਹਾਂ ਨੇ 25 ਤਰੀਕ ਨੂੰ ਸ਼ਾਮ ਨੂੰ ਆ ਕੇ ਸੰਯੁਕਤ ਮੋਰਚੇ ਦੀ ਸਟੇਜ ਜਿਹੜੀ ਸਿੰਘੂ ਬਾਰਡਰ ਤੇ ਚੱਲਦੀ ਹੈ ਉਸ ਦੇ ਉੱਪਰ ਕਬਜ਼ਾ ਕਰਕੇ ਜਿਹੜਾ ਇੱਕ ਕਿਸਾਨ ਜਥੇਬੰਦੀ ਪੰਦੇਰ ਦੀ ਗਵਾਹੀ ਚੱਲਦੀ ਹੈ ਉਹ ਖੁਦ ਵੀ ਹਾਜ਼ਰ ਸੀ ਲੱਖੇ ਸਿਧਾਣੇ ਵਰਗੇ ਲੋਕ ਜਾਂ ਹੋਰ ਸਿੱਖ ਪ੍ਰਚਾਰਕ ਉਦੋਕੇ ਜਿਨ੍ਹਾਂ ਨੇ ਸਪਸ਼ਟ ਤੂਬ ਤੇ ਰਹਿਰਾਸ ਦੇ ਪਾਠ ਦੇ ਦੌਰਾਨ ਗ੍ਰੰਥੀ ਨੂੰ ਉਹ ਪਾਠ ਤੋਂ ਬਾਅਦ ਪਾਠ ਪੂਰਾ ਕਰਨ ਨਾ ਕਰਨ ਦੇਣਾ ਤੇ ਉਸ ਤੋਂ ਬਾਅਦ ਦੇਗ ਵੀ ਨਾ ਵੰਡਣ ਦੇਣਾ ਬਹੁਤ ਕਟਿਆ ਕਾਰਵਾਈ ਕੀਤੀ 25 ਤਰੀਕ ਨੂੰ ਸ਼ਾਮ ਨੂੰ ਤੇ ਇਸ ਤਰ੍ਹਾਂ ਦੇ ਐਲਾਨ ਕੀਤੇ ਪੜਕਾਇਆ ਸਾਡੀ ਨੌਜਵਾਨੀ ਨੂੰ ਉਹ ਘਟਨਾ ਤੋਂ ਬਾਅਦ ਇਹ ਲੋ ਇਹ ਲੋਕ ਆ ਜਿਹੜੇ ਇਹ ਲੋਕਾਂ ਦੇ ਵਿੱਚ ਨੰਗੇ ਹੋ ਗਏ ਤੇ ਅੱਜ ਇਹ ਆਪਣੇ ਲੋਕਾਂ ਰਾਹੀਂ ਆਮ ਸਮਾਜ ਦੇ ਵਿੱਚ ਪ੍ਰਚਾਰ ਕਰਨ ਲੱਗੇ ਹੋਏ ਐ ਕਿ ਅਸੀਂ ਤਾਂ ਇਹ ਕੀਤਾ ਉਹ ਕੀਤਾ ਕੀ ਜੇ ਇਹ ਜਿਹੜੇ ਸਾਡੀ ਲੜਾਈ ਹੈ ਜੇ ਲਾਲ ਕਿਲੇ ਤੇ ਝੰਡਾ ਚੁਹ ਹਲਾਉਣ ਦੇ ਨਾਲ ਤਾਂ ਵੀ ਇਹ ਹੱਲ ਹੁੰਦੀ ਹੈ ਤਾਂ ਅਸੀਂ ਵੀ ਲਾਲ ਕਿਲੇ ਤੇ ਝੰਡਾ ਚੁਹਾਉਣ ਵਾਸਤੇ ਕੱਲ ਨੂੰ ਚਲੇ ਜਾਵਾਂਗੇ ਪਰ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਇਸ ਤਰ੍ਹਾਂ ਦੇ ਜਿਹੜੇ ਇਹ ਫਿਰਕੂ ਲੋਕ ਭਾਜਪੀ ਨੇ ਤਿਆਰ ਕਰਕੇ ਲਿਆਂਦੇ ਜਿਹੜੇ ਪਹਿਲੇ ਦਿਨ ਤੋਂ ਇਸ ਅੰਦੋਲਨ ਨੂੰ ਢਾਹ ਲਾਉਣ ਦੇ ਵਾਸਤੇ ਲਗਾਤਾਰ ਇਹਦੇ ਵਿੱਚ ਸ਼ਾਮਲ ਹੋਣ ਲਈ ਤਰਲੋ ਮੱਛੀ ਹੋ ਰਹੀ ਸੀ ਇਹਨਾਂ ਨੂੰ ਅਸੀਂ ਪਾਸੇ ਰੱਖਿਆ ਤੇ ਬਹੁਤ ਵਾਰੀ ਇਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਇਹਨਾਂ ਚੋਂ ਕੁਝ ਲੋਕ ਸਾਡੀਆਂ ਸਟੇਜਾਂ ਤੇ ਬੋਲ ਕੇ ਵੀ ਗਏ ਨੇ ਪਰ ਉਹਨਾਂ ਨੇ ਜਿਹੜੀ ਅੰਦਰ ਖਾਤੇ ਉਹਨਾਂ ਦੀ ਨੀਤੀ ਸੀ ਬਦਨੀਤੀ ਸੀ ਉਹਨਾਂ ਦੀ ਉਹ ਆਪਣੀ ਬਣਾਈ ਰੱਖੀ 25 ਤਰੀਕ ਨੂੰ ਸ਼ਾਮ ਨੂੰ ਉਹਨਾਂ ਨੇ ਬਕਾਇਦਾ ਮੀਟਿੰਗ ਕਰਕੇ ਬਕਾਇਦਾ ਇਸ ਤਰ੍ਹਾਂ ਦੀਆਂ ਹੁਣ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਦੇ ਸਰਕਾਰ ਦੇ ਨਾਲ ਰਲੇ ਹੋਣ ਦੇ ਸਬੂਤ ਮਿਲ ਰਹੇ ਨੇ ਲਗਾਤਾਰ ਹੌਲੀ ਹੌਲੀ ਜਿਵੇਂ ਇਹ ਪਰਦਾ ਉੱਠੂਗਾ ਇਸ ਗੇਮ ਤੋਂ ਤਾਂ ਸੱਚ ਤੁਹਾਡੇ ਸਾਹਮਣੇ ਆ ਜਾਊਗਾ ਮੈਂ ਤੁਹਾਨੂੰ ਇੱਕ ਵਾਰੀ ਫੇਰ ਅਪੀਲ ਕਰਨੀ ਚਾਹੁੰਦਾ ਕਿ ਇਹ ਜਿਹੜੇ ਆਪਣੇ ਆਪ ਨੂੰ ਸੱਚਾ ਸਾਫਤ ਕਰਨ ਵਾਸਤੇ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਆਪਣੇ ਆਪ ਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਨੇ ਕਿ ਅਸੀਂ ਲਾਲ ਕਿਲੇ ਤੇ ਝੰਡਾ ਚਲਾਤਾ ਤੇ ਇਹ ਲੋਕ ਮੁੜ ਖੜੇ ਹੋਣ ਦਾ ਯਤਨ ਕਰ ਰਹੇ ਨੇ ਪਰ ਇਸ ਅੰਦੋਲਨ ਦੇ ਜਿਹੜੇ ਇਹ ਗਦਾਰ ਨੇ ਇਹਨਾਂ ਨੂੰ ਤੁਸੀਂ ਪਛਾਨਣਾ ਹੋਊਗਾ ਇਹਨਾਂ ਨੂੰ ਮੂੰਹ ਨਹੀਂ ਲੈਣਾ ਹੋਊਗਾ ਇਹਨਾਂ ਦਾ ਸਮਾਜਿਕ ਬਾਈਕਾਟ ਕਰਨਾ ਹੋਊਗਾ ਤੇ ਇਹ ਲੋਕ ਨੇ ਜਿਹੜੇ ਮੁੜ ਆਪਣੇ ਬੰਦਿਆਂ ਰਾਹੀਂ ਲੋਕਾਂ ਦੇ ਵਿੱਚ ਇੱਕ ਭਰਮ ਭਲੇਖਾ ਖੜਾ ਕਰਨ ਦਾ ਯਤਨ ਕਰ ਰਹੇ ਨੇ ਪਰ ਸਾਰੇ ਸੂਝਵਾਨ ਲੋਕ ਜਿੱਥੇ ਇਹਨਾਂ ਨੂੰ ਫਟਕਾਰਾਂ ਪਾ ਰਹੇ ਨੇ ਉੱਥੇ ਬਹੁਤ ਸਾਰੇ ਜਾਂ ਕੁਝ ਇਹਨਾਂ ਦੇ ਮੁਠੀ ਭਰ ਜਿਹੜੇ ਚਮਚੇ ਪ੍ਰਚਾਰ ਤੇ ਲੱਗੇ ਹੋਏ ਨੇ ਲੋਕਾਂ 'ਚ ਭਰਮ ਭਲੇਖਾ ਪੈਦਾ ਕਰਨ ਦਾ ਯਤਨ ਕਰ ਰਹੇ ਨੇ ਤੇ ਉਹ ਇਹ ਅਫਵਾਵਾ ਫਲਾ ਰਹੇ ਨੇ ਇਹ ਇਹਨਾਂ ਕਿਸਾਨਾਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਮੈਂ ਕਿਸਾਨ ਸੰਘਰਸ਼ ਚ ਜਦੋਂ ਤੋਂ ਸ਼ੁਰੂ ਹੋਇਆ 5 ਜੂਨ ਨੂੰ ਆਰਡੀਨਸ ਆਇਆ ਅਸੀਂ 6 ਜੂਨ ਨੂੰ ਜਦੋਂ ਮੰਦਸੌਰ ਦੇ ਕਿਸਾਨਾਂ ਦੇ ਸ਼ਹੀਦਾਂ ਦੀ ਅਸੀਂ ਦਰਮਨਾ ਰਹੀ ਸੀ ਤੇ ਉਸ ਦਿਨ ਤੋਂ ਇਹਨਾਂ ਦਾ ਵਿਰੋਧ ਸ਼ੁਰੂ ਕੀਤਾ ਐ ਸੈਜਿਟੇਸ਼ਨ ਸ਼ੁਰੂ ਕੀਤੀ ਤਾਂ ਉਦੋਂ ਤੋਂ ਮੈਂ ਇਸ ਅੰਦੋਲਨ ਦੇ ਨਾਲ ਜੁੜਾ ਹੋਇਆ ਇਹਨਾਂ ਲੋਕਾਂ ਦੇ ਨਾਲ ਬਹੁਤ ਵਾਰੀ ਮੀਟਿੰਗਾਂ ਵੀ ਹੋਈਆਂ ਇਹਨਾਂ ਨੂੰ ਵਰਜਾ ਵੀ ਗਿਆ ਸਟੇਜਾਂ ਤੋਂ ਬੋਲਣ ਦੇ ਮੌਕੇ ਵੀ ਦਿੱਤੇ ਗਏ ਨੇ ਪਰ ਇਹ ਪੂਰੀ ਤਰ੍ਹਾਂ ਅੰਦੋਲਨ ਨੂੰ ਕਿਡਨੈਪ ਕਰਨਾ ਚਾਹੁੰਦੇ ਸੀ ਜਿਹੜਾ ਜਥੇਬੰਦੀਆਂ ਨੇ ਨਹੀਂ ਦਿੱਤਾ ਤੇ ਹਜੇ ਹੁਣ ਉਹ ਅੰਦੋਲਨ ਮੋੜ ਆਪਣੇ ਪੈਰਾਂ 'ਸਰ ਹੋ ਕੇ ਅੱਗੇ ਵਧ ਰਿਹਾ ਹੈ ਆਪਾਂ ਜਿੱਤ ਦੀ ਲੜਾਈ ਵੱਲ ਜਾਣਾ ਹੈ ਨਾ ਕਿ ਇੱਧਰ-ਉੱਧਰ ਆਪਣਾ ਧਿਆਨ ਭੜਕਾਉਣਾ ਹੈ ਆਪਣਾ ਅੱਜ ਦਾ ਜਿਹੜਾ ਮਕਸਦ ਹੈ ਆਪਣਾ ਇਸ ਅੰਦੋਲਨ ਦਾ ਜਿਹੜਾ ਪੂਰਾ ਆਪਣਾ ਏਜੰਡਾ ਹੈ ਉਹ ਇਹ ਹੈ ਕਿ ਆਪਾਂ ਕਿਸਾਨੀ ਦੇ ਲਈ ਲੈਂਦੇਗੇ ਤਿੰਨ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਨੂੰ ਖਤਮ ਕਰਵਾਜੇ ਤੇ ਇਹਦੇ ਨਾਲ-ਨਾਲ ਜਿਹੜੀ ਐਮਐਸਪੀ ਹੈ ਜਿਹੜੀ ਐਮਐਸਪੀ ਦੀ ਲੜਾਈ ਹੈ ਜਿਹੜੀ ਬੜੀ ਲੰਬੇ ਸਮੇਂ ਤੋਂ ਕਿਸਾਨ ਜਿਹਾ ਬੰਦੀਆਂ ਲੜ ਰਹੀਆਂ ਤੇ ਉਸ ਨੂੰ ਆਪਾਂ ਪੂਰੇ ਦੇਸ਼ ਦੇ ਵਿੱਚ ਪੂਰੀਆਂ ਫਸਲਾਂ ਦੇ ਲਈ ਲਾਗੂ ਕਰਾਜੇ ਤਾਂ ਕਿ ਜਿਹੜਾ ਸਾਡਾ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਿਹਾ ਹੈ ਉਸ ਨੂੰ ਰਾਹਤ ਮਿਲੇ ਉਹਦੀ ਫਸਲ ਦਾ ਮੁੱਲ ਮਿਲੇ ਤੇ ਇਸ ਤਰ੍ਹਾਂ ਦੇ ਗਲਤ ਮੁੱਦਿਆਂ ਤੇ ਲਿਆ ਕੇ ਇਹ ਲੋਕਾਂ ਦੇ ਵਿੱਚ ਭਰਮ ਭੁਲੇਖਾ ਕਰਨ ਵਾਲੇ ਲੋਕਾਂ ਬਾਰੇ ਮੈਂ ਤੁਹਾਨੂੰ ਅਖੀਰ ਦੇ ਵਿੱਚ ਇੱਕ ਵਾਰੀ ਫੇਰ ਅਪੀਲ ਕਰਨਾ ਹੈ ਵੀ ਤੁਸੀਂ ਇਹਨਾਂ ਨੂੰ ਮੂੰਹ ਨਾ ਲਾਓ ਇਹਨਾਂ ਦੇ ਜਿਹੜੇ ਵੱਡੇ ਪ੍ਰਚਾਰਕ ਬਣੇ ਹੋਏ ਆ ਉਹਨਾਂ ਦੀ ਗੱਲ ਨਾ ਸੁਣੋ ਤੇ ਲਗਾਤਾਰ ਕਿਸਾਨ ਲੀਡਰਸ਼ਿਪ ਦੇ ਉੱਪਰ ਚਿੱਕੜ ਸੱਟ ਰਹੇ ਨੇ ਤੁਸੀਂ ਲੀਡਰਸ਼ਿਪ ਤੇ ਯਕੀਨ ਰੱਖੋ ਜਿਹੜੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਚਲਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਨੂੰ ਹੋਰ ਤੇਜ਼ ਕਰਾਂਗੇ ਜਿਹੜਾ ਅੰਦੋਲਨ ਕਿਸੇ ਕਾਰ ਕਹਿੰਦੀ ਸੀ ਇਹ ਪੰਜਾਬ ਹਰਿਆਣਾ ਦਾ ਅੱਜ ਉਹ ਪੂਰੇ ਦੇਸ਼ ਚ ਜਾਵ ਰਿਹਾ ਜੁਪੀ ਤੋਂ ਰਾਜਸਥਾਨ ਤੋਂ ਮੱਧ ਪ੍ਰਦੇਸ਼ ਤੋਂ ਕਾਫਲੇ ਆ ਰਹੇ ਆ ਇਸ ਇਸ ਕਰਕੇ ਮੈਂ ਅਖੀਰ ਦੇ ਵਿੱਚ ਤੁਹਾਨੂੰ ਫੇਰ ਅਪੀਲ ਕਰਦਾ ਹਾਂ ਵੀ ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਸੁਣ ਕੇ ਅਰਜਣ ਦੇ ਵਾਂਗ ਜਿਵੇਂ ਉਸ ਨੇ ਮੱਛੀ ਦੀ ਅੱਖ ਦੇ ਤਾਰੇ ਤੇ ਨਿਸ਼ਾਨਾ ਟਿਕਾ ਕੇ ਤੀਰ ਦਾ ਨਿਸ਼ਾਨ ਲਾਇਆ ਤੇ ਤੀਰ ਛੱਡ ਕੇ ਨਿਸ਼ਾਨਾ ਸਿੱਧਿਆ ਉਸੇ ਤਰ੍ਹਾਂ ਸਾਓ ਆਪ ਆਓ ਆਪਾ ਰਲ ਮਿਲ ਕੇ ਸਾਰੇ ਇਹ ਸੰਘਰਸ਼ ਨੂੰ ਜਿੱਤਣ ਵੱਲ ਵਧੀਏ ਤੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਤੱਕ ਜਦੋਂ ਜਾਇਦ ਕਰਦੇ ਰਹੀਏ ਇਹਨਾਂ ਬੇਨਤੀਆਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ